मुर्दाबाद, पुलिस प्रशासन मुर्दाबाद, मुर्दाबाद। की मामला तुसीं अज धरना लगाया होया सुखविंदर कौर उन्हां दे घर दे बाहर, की सारा मामला, कित्थों दी फाइल लगाई सी, किस तरह दा, कदों लगाई? कनेडा की फाइल लवाई थी सातों, इन्हें कहती भी कनेडा भेजो, मैं भी सातों पहला 80,000 रुपया लिया मेरे तो इन्हें। उस तो बाद फिर मैं कहती भी बेटी मेरी कहती चलो भी मुंडे का भी लवा दें, 50,000 रुपये 50,000 वह दिता। फिर हौली हौली पता लगे पैसे देइए इन्हों, कोई 80,000 रुपये देता, फिर 40,000 देता, फिर 25,000 रुपये देता, इदा हौली हौली करके देइए। जब असं तो मंगया सू कहते टिकट लग गई थोड़ी, वीजा लग गया, अभी सू दिखाता दे, ਸਾਨੂੰ ਕਹਿੰਦੇ ਵੀ ਤੁਹਾਨੂੰ ਦਿੱਲੀ ਜਾ ਕੇ ਦਿਖਾਵਾਂਗੇ, ਸਾਨੂੰ ਦਿੱਲੀ ਭੇਜਣ ਲੱਗੇ ਸੀ। ਇਮੀਗ੍ਰੇਸ਼ਨ ਦਾ ਚੱਕਰ ਦੱਸ ਰਹੇ ਨੇ ਕੋਈ, ਕਿ ਉਹਨਾਂ ਦਾ ਕਹਿਣਾ ਕਿ ਨਾ ਤਾਂ ਇਹਨਾਂ ਕੋਲ ਕੋਈ ਲਾਇਸੈਂਸ ਹੈ, ਅਸੀਂ ਫਾਈਲਾਂ ਲਗਵਾਈਆਂ ਸੀ, ਕੀ ਸਾਰਾ ਮਾਮਲਾ? ਕੋਈ ਬਾਹਰ ਦਾ ਮੁੰਡਾ ਵੀ ਸੀ ਕੋਈ, ਜਿਹਦੇ ਨਾਲ ਕੰਮ ਚੱਲਦੇ ਸੀ, ਨਾਲ ਇੱਕ ਕੁੜੀ ਸੀ, ਉਹਦਾ ਵੀ ਮੈਨੂੰ ਪਤਾ ਨਹੀਂ ਸੀ, ਕੁੜੀਆਂ 6-7 ਰੱਖੀਆਂ ਸੀ, ਉਹਦਾ ਵੀ ਮੈਨੂੰ ਪਤਾ ਨਹੀਂ ਸੀ, ਕੁੜੀ ਨਾਲ ਕੰਮ ਕਰਦੀ ਸੀ, ਐਵੇਂ ਝੂਠ ਮਾਰੀ, ਮੈਂ ਉਹਦਾ ਵੀ ਕਸੂਰ ਨਹੀਂ ਗਿਣਦਾ, ਜਿਵੇਂ ਮੇਰੀ ਵਾਈਫ ਨੇ ਕਹਿਣਾ ਉਵੇਂ ਉਹਨੇ ਮੰਨਣਾ। ਕਿੰਨੇ ਕੁ ਜਣਿਆਂ ਦੀ ਪੇਮੈਂਟ ਹੈ? ਉਹਨਾਂ ਦਾ ਕਹਿਣਾ ਕਿ 25-30 ਲੱਖ ਰੁਪਏ ਟੋਟਲ। ਹੁਣ ਤੁਹਾਡੀ ਵਾਈਫ ਕਿੱਥੇ ਹੈ? ਉਹ ਵਾਈਫ ਦੇ ਉੱਤੇ FIR ਵੀ ਹੋਈ ਹੋਈ ਹੈ 5 ਸਤੰਬਰ ਸ਼ਹਿਰ 'ਚ ਆਪਣੀ ਫੁੱਲ ਇੱਜ਼ਤ ਸੀ, ਨਾ ਕਿਸੇ ਦਾ ਪੈਸਾ ਲਿਆ, ਜ਼ਮੀਨਾਂ ਵੇਚੀਆਂ ਆਪਣੇ ਦਮ 'ਤੇ ਵੇਚੀਆਂ ਨੇ, ਕਿਸੇ ਦੀ ਨਾ ਕਿਸੇ ਦੀ ਹੈਗੀਆਂ। ਤੁਸੀਂ ਹਜੇ ਕੋਈ ਵਕੀਲ ਹਾਇਰ ਨਹੀਂ ਸੀ ਕੀਤਾ? ਉਹਨਾਂ ਦੀ ਕੀਤਾ ਨਹੀਂ, ਮੈਂ ਨਹੀਂ ਕਰਿਆ ਹੈਗਾ, ਉਹਨਾਂ ਨੇ ਕਰਿਆ ਨਹੀਂ ਕਰਿਆ ਉਹ ਰੱਬ ਜਾਣਦਾ। ਜਾਂ ਤੁਸੀਂ ਆਪਣੀ ਵਾਈਫ ਨੂੰ ਕਹਿੰਦੇ ਸੀ ਕਿ ਆਪਾਂ ਪੈਸੇ ਮੋੜ ਦਿੰਦੇ ਹਾਂ ਉਹਨਾਂ ਦੇ, ਜਾਂ ਕੁਛ ਕਰ ਲਿਆ, ਸ਼ੁਕਰ ਇਹਨਾਂ ਦੇ ਪਾਸਪੋਰਟ ਮੁੜ ਗਏ, ਸਾਡੇ ਮੇਰਾ ਮੇਰੀ ਮੰਮੀ ਦਾ ਮੇਰੇ ਛੋਟੇ ਭਰਾ ਦਾ ਸਾਡੇ ਪਾਸਪੋਰਟ ਵੀ ਉੱਥੇ ਪਏ ਨੇ। ਕਿੰਨੇ ਕੁ ਬੰਦੇ ਨੇ ਟੋਟਲ, ਕਿੰਨੀ ਕੁ ਟੋਟਲ ਪੇਮੈਂਟ ਹੈ? ਪੇਮੈਂਟ ਜੀ ਹੈਗੀ ਆ 60-70 ਲੱਖ ਤੋਂ ਉੱਪਰ ਹੈ ਜੀ ਪੇਮੈਂਟ, ਸਾਰੇ ਬੰਦਿਆਂ ਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ। ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਕਰੇਜ਼ ਹੈ, ਸ਼ੌਂਕ ਹੈ, ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਤਾਂ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਤਾਂ ਕਈ ਨੌਜਵਾਨ ਬਾਹਰ ਜਾਣ ਦੇ ਚਾਅ ਦੇ ਵਿੱਚ ਅਜਿਹੇ ਇਮੀਗ੍ਰੇਸ਼ਨਾਂ ਦੇ ਧੱਕੇ ਚੜ ਜਾਂਦੇ ਨੇ, ਅਜਿਹੇ ਇਮੀਗ੍ਰੇਸ਼ਨਾਂ ਦੇ ਲੜ ਲੱਗ ਜਾਂਦੇ ਨੇ ਕਿ ਇਮੀਗ੍ਰੇਸ਼ਨਾਂ ਦੇ ਕੋਲ ਨਾ ਤਾਂ ਕੋਈ ਡਿਗਰੀ ਹੁੰਦੀ ਹੈ, ਨਾ ਕੋਈ ਲਾਇਸੈਂਸ ਹੁੰਦਾ, ਤਾਂ ਉਸ ਤੋਂ ਬਾਅਦ ਵਿਦੇਸ਼ ਜਾਣ ਦੇ ਨਾਮ ਦੇ ਉੱਤੇ ਪੈਸਾ ਫਸਾ ਕੇ ਬਹਿ ਜਾਂਦੇ ਨੇ। ਪਿਛਲੇ ਥੋੜ੍ਹੇ ਦਿਨ ਪਹਿਲਾਂ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਲਗਾਤਾਰ D5 ਚੈਨਲ ਪੰਜਾਬੀ ਦੇ ਉੱਤੇ, ਇੱਕ ਚੋਪੜਾ ਕਲੋਨੀ ਦੇ ਵਿੱਚ ਇੱਕ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਸੀਗਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ, ਕੁਝ ਲੋਕਾਂ ਦੇ ਵੱਲੋਂ ਆਪਣਾ ਇਨਸਾਫ ਦਿਵਾਉਣ ਦੇ ਲਈ। ਤਾਂ ਇੱਕ ਤਸਵੀਰਾਂ ਦੇਖ ਸਕਦੇ ਹੋ, ਅੱਜ ਉਹਨਾਂ ਹੀ ਲੋਕਾਂ ਦੇ ਵੱਲੋਂ ਦੁਬਾਰਾ ਤੋਂ ਧਰਨਾ ਲਗਾਇਆ ਗਿਆ, ਪਿੱਛੇ ਬੈਨਰ ਲੱਗੇ ਹੋਏ ਨੇ, ਬੈਨਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਮਾਛੀਵਾੜਾ ਦੇ ਮਸ਼ਹੂਰ ਟਰੈਵਲ ਏਜੰਟ ਠੱਗ ਅਤੇ ਸਾਥੀ ਕਾਨੂੰਨੀ ਤੌਰ ਤੇ ਸਤਵਿੰਦਰ ਕੌਰ ਉੱਪਰ ਧਾਰਾ 420-506-24 ਇਮੀਗ੍ਰੇਸ਼ਨ ਐਕਟ ਦੇ ਤਹਿਤ 5-9-2023 ਨੂੰ ਮਾਛੀਵਾੜਾ ਥਾਣੇ ਵਿੱਚ ਮੁਕੱਦਮਾ ਦਰਜ ਹੈ। ਅਫਸੋਸ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪੂਰੇ ਜਿਹੜੇ ਪਰਿਵਾਰਿਕ ਮੈਂਬਰ ਇਸ ਦਾ ਸ਼ਿਕਾਰ ਹੋਏ ਸੀਗੇ ਉਹ ਸਾਰੇ ਮੌਜੂਦ ਨੇ, ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ, ਕੁਝ ਔਰਤਾਂ ਵੀ ਮੌਜੂਦ ਨੇ, ਜੈਂਟਸ ਵੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈ, ਧੋਖਾਧੜੀ ਹੋਈ ਹੈ, ਗੱਲਬਾਤ ਕਰ ਲੈਂਦੇ ਹਾਂ ਕੀ ਸਾਰਾ ਮਾਮਲਾ ਹੈ। ਮਾਤਾ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ? ਅਮਰਜੀਤ ਕੌਰ। ਕਿੱਥੋਂ ਦੇ ਰਹਿਣ ਵਾਲੇ? ਗੱਲ ਪਿੰਡ। ਕੀ ਮਾਮਲਾ, ਤੁਸੀਂ ਅੱਜ ਧਰਨਾ ਲਗਾਇਆ ਹੋਇਆ ਸਤਵਿੰਦਰ ਕੌਰ ਉਹਨਾਂ ਦੇ ਘਰ ਦੇ ਬਾਹਰ, ਕੀ ਸਾਰਾ ਮਾਮਲਾ, ਕਿੱਥੋਂ ਦੀ ਫਾਈਲ ਲਗਾਈ ਸੀ, ਕਿਸ ਤਰ੍ਹਾਂ ਦਾ, ਕਦੋਂ ਲਗਾਈ ਸੀ? ਕਨੇਡਾ ਦੀ ਫਾਈਲ ਲਵਾਈ ਸੀ ਸਾਤੋਂ, ਇਹਨੇ ਕਹਿੰਦੀ ਵੀ ਕਨੇਡਾ ਭੇਜੋ, ਮੈਂ ਵੀ ਸਾਤੋਂ ਪਹਿਲਾਂ 80,000 ਰੁਪਏ ਲਿਆ ਮੇਰੇ ਤੋਂ ਇਹਨੇ। ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੀ ਵੀ ਬੇਟੀ ਮੇਰੀ ਕਹਿੰਦੀ ਚਲੋ ਵੀ ਮੁੰਡੇ ਦਾ ਵੀ ਲਵਾ ਦਿੰਦੇ ਹਾਂ, 50,000 ਉਹਦਾ ਦਿੱਤਾ। ਫਿਰ ਤੇ 1-30 ਫਿਰ ਮੇਰਾ ਹੋ ਗਿਆ ਸਾਰਾ ਹੀ ਟੋਟਲ। ਸਾਨੂੰ ਕਹਿੰਦੀ ਸੀ ਵੀ ਚਲੋ ਚੱਲ ਭੇਜਾਂਗੇ ਕਰਦੇ ਕਰਦੇ ਸਾਨੂੰ 1.5 ਸਾਲ ਤੋਂ ਉੱਪਰ ਹੀ ਹੋ ਚੱਲਿਆ ਮੈਨੂੰ ਜਾਣੀ ਕਿ, ਬੇਟੇ ਦਾ ਤਾਂ ਥੋੜ੍ਹਾ ਜਿਹਾ ਬਾਅਦ 'ਚ ਸੀਗਾ। ਅਤੇ ਪੈਸਾ ਫਿਰ ਅਸੀਂ ਕਿਹਾ ਤੂੰ ਸਾਡੇ ਪੈਸੇ ਮੋੜ ਦੇ ਵੀ ਸਾਨੂੰ ਲੋੜ ਨਹੀਂ ਹੈਗੀ ਵੀ ਅਸੀਂ ਜਾਣਾ ਹੀ ਨਹੀਂ ਹੈਗਾ। ਕਹਿੰਦੀ ਕਾਲ ਤਰੀਕਾਂ ਪਾਈ ਜਾਂਦੀ ਸਾਨੂੰ, 19 ਤਰੀਕ ਨੂੰ ਦੇਵਾਂਗੇ, 19 ਨੂੰ ਦੇਵਾਂਗੇ, ਅੱਜ ਤੱਕ ਸਾਨੂੰ ਤਰੀਕਾਂ ਹੀ ਮਿਲੀਆਂ ਆ, ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਬਾਕੀ ਹੁਣ ਦੇਖ ਲਓ ਤੂੰ ਹਾਲਾਤ ਆ ਬੈਠੇ ਆ। ਤੁਸੀਂ ਗ੍ਰਿਫਤਾਰੀ ਨੀ ਕਰਦੀ ਪਈ ਆ, ਕੀ ਕਾਰਨ ਹੈ? ਨਹੀਂ ਕੁਛ ਨੀ ਕੀਤਾ ਉਹਨਾਂ ਨੇ। ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲ ਹੋਈ ਆ ਬਾਅਦ 'ਚ? ਨਹੀਂ ਹੋਈ, ਕੋਈ ਨੀ ਹੋਈ। ਹੁਣ ਤੁਸੀਂ ਚਾਹੁੰਦੇ ਹੈਗੀ ਹੋ ਕੀ ਮੰਗ? ਸਾਡੇ ਬੰਦੇ ਜਾਂਦੇ ਆ ਉੱਥੇ, ਖੰਨੇ ਵੀ ਗਏ, ਮਾਛੀਵਾੜੀ ਵੀ ਗਏ, ਅਸੀਂ ਤਾਂ ਨੀ ਗਏ ਹੈਗੇ, ਜੋ ਗੱਲਬਾਤ ਕਰਦੇ ਇਹੀ ਕਰਦੇ ਆ। ਪਾਸਪੋਰਟ ਦਿੱਤੇ ਹੋਏ ਉਹਨਾਂ ਨੂੰ ਆਪਣੇ, ਜਿਨ੍ਹਾਂ ਦੇ ਕੋਲੋਂ ਫਾਈਲ ਲਗਵਾਈ? ਪਾਸਪੋਰਟ ਤਾਂ ਦਿੱਤੇ ਸੀ, ਪਾਸਪੋਰਟ ਵੀ ਬਹੁਤ ਔਖੇ ਲਏ ਅਸੀਂ ਇਹਨਾਂ ਤੋਂ, ਬਹੁਤ ਔਖੇ ਪਾਸਪੋਰਟ ਦਿੱਤੇ ਸਾਡੇ, ਰੱਖੀ ਬੈਠੀ ਸੀਗੀ।
ਮੋਹਰ ਲੱਗੀ ਆ ਸਾਨੂੰ ਕੋਈ ਮੋਹਰ ਲੱਗੀ ਨਹੀਂ ਵੀਜ਼ਾ ਲੱਗਾ ਆ ਸਾਰਾ ਕੁਛ ਸਾਨੂੰ ਕਹੀ ਗਿਆ ਕੁਛ ਨਹੀਂ ਲੱਗਾ ਸੀ ਕੋਈ ਬਾਇਓਮੈਟ੍ਰਿਕ ਵਗੈਰਾ ਹੋਈ ਸੀ ਤੁਹਾਡੀ ਪਹਿਲਾਂ ਜਦੋਂ ਚੰਡੀਗੜ੍ਹ ਆਫਿਸ ਕਿਤੇ ਬੁਲਾਇਆ ਸੀ ਇਮੀਗ੍ਰੇਸ਼ਨ ਨਹੀਂ ਕੁਛ ਵੀ ਨਹੀਂ ਕਿਤੇ ਵੀ ਨਹੀਂ ਗਏ ਕਿਤੇ ਵੀ ਨਹੀਂ ਗਏ ਹੈਗੇ ਜਾਣ ਪਛਾਣ ਹੋਈ ਸੀ ਉਹਦੇ ਨਾਲ ਗੱਲ ਕਰ ਲਈ ਚਲੋ ਉਸ ਤੋਂ ਬਾਅਦ ਫੇਰ ਆਹ ਕੰਮ ਹੋ ਗਿਆ ਫੇਰ ਫਸਦੇ ਫਸਦੇ ਗਾਹਾਂ ਦੀ ਗਾਹਾਂ ਸਾਰੇ ਫਸ ਗਏ ਕਿੰਨੇ ਕੁ ਟੋਟਲ ਪੈਸੇ ਨੇ ਹੁਣ ਕਿੰਨੇ ਕੁ ਲੋਕਾਂ ਦੇ ਪੈਸੇ ਟੋਟਲ ਤਾਂ ਬਹੁਤ ਆ ਹਜੇ ਤਾਂ ਥੋੜੇ ਹੀ ਆਏ ਆ ਜਿੱਦਣ ਅਸੀਂ ਇਹ ਲਵਾਏ ਸੀਗੇ ਆਪਣੇ ਦਿੱਤੇ ਸੀ ਬਿਆਨ ਉਧਰ ਸਾਡੇ 25 ਸੀਗੇ 25 ਆਪਣੇ ਬਿਆਨ ਸਾਡੇ ਉੱਥੇ ਦਿੱਤੇ ਸੀਗੇ ਆਪਣੇ ਖੰਨੇ ਅਜੇ ਵਿੱਚ ਵਿੱਚ ਆਏ ਨੀ ਹੈਗੇ ਅਜੇ ਹੋਰ ਬਿਆਨਾਂ ਤੋਂ ਬਗੈਰ ਵੀ ਹੋਰ ਬਹੁਤ ਜਣੇ ਜਿਹੜੇ ਸਾਡੇ ਨਾਲ ਨੀ ਹੈਗੇ ਹਾਂਜੀ ਅਸੀਂ ਰੈਡੀ ਹੋ ਰਹੇ ਕਹਿੰਦੀ ਕੋਈ ਬਿਲਕੁਲ ਜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਧਰਨਾ ਲਗਾਇਆ ਹੋਇਆ ਉਹਨਾਂ ਤੋਂ ਜਾਣਦੇ ਆ ਸਾਰਾ ਮਾਮਲਾ ਕੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਕੀ ਸਾਰੀ ਗੱਲਬਾਤ ਹੈ ਇਹਨਾਂ ਦੇ ਨਾਲ ਵੀਰ ਜੀ ਮੇਰੇ ਨਾਲ ਰਾਜਪਾਲ ਸਿੰਘ ਮੱਛਵਾੜੇ ਸਾਹਿਬ ਤੋਂ ਹੈ ਜੀ ਭਾਈ ਅੱਜ ਤੋਂ ਇਹਨਾਂ ਅਸੀਂ 11ਵੇਂ ਮਹੀਨੇ 'ਚ ਇਹਨਾਂ ਦਾ ਲਾਇਆ ਸੀ ਤੇ ਸਾਨੂੰ ਕਿਸੇ ਰਿਸ਼ਤਿਆਂ ਦੇ ਇੱਥੇ ਵੀ ਲਾਉਂਦੇ ਆ ਅਸੀਂ ਲੱਗ ਗਿਆ ਉਸ ਤੋਂ ਬਾਅਦ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਪੈਸੇ ਦੇਈਏ ਇਹਨਾਂ ਨੂੰ ਕੋਈ 80,000 ਰੁਪਏ ਦਿੱਤਾ ਫਿਰ 40 ਦਿੱਤਾ ਫਿਰ 25,000 ਰੁਪਏ ਦਿੱਤਾ ਇੱਦਾਂ ਹੌਲੀ ਹੌਲੀ ਕਰਕੇ ਦੇਈਏ ਜਦ ਅਸੀਂ ਇਹ ਤੋਂ ਮੰਗਿਆ ਸਾਨੂੰ ਇਹ ਕਹਿੰਦੇ ਤੁਹਾਡੇ ਟਿਕਟ ਲੱਗ ਗਈ ਤੁਹਾਡੀ ਵੀਜ਼ਾ ਲੱਗ ਗਿਆ ਅਸੀਂ ਸਾਨੂੰ ਦਿਖਾ ਦੇ ਸਾਨੂੰ ਕਹਿੰਦੇ ਵੀ ਤੁਹਾਨੂੰ ਦਿੱਲੀ ਜਾ ਕੇ ਦਿਖਾਵਾਂਗੇ ਸਾਨੂੰ ਦਿੱਲੀ ਭੇਜਣ ਲੱਗੇ ਸੀ ਤੇ ਉਸ ਤੋਂ ਬਾਅਦ ਨਹੀਂ ਦਿਖਾਏ ਨੇ ਫਿਰ ਸਾਨੂੰ ਹੌਲੀ ਹੌਲੀ ਅਸੀਂ ਫਿਰ ਜਦੋਂ ਪਤਾ ਲੱਗਿਆ ਵੀ ਇੱਕਣਾ 2 ਨੰਬਰ 'ਤੇ ਕੰਮ ਕਰਦੀ ਆ ਉਸ ਤੋਂ ਬਾਅਦ ਫਿਰ ਅਸੀਂ ਇਹ ਤੇ ਸਾਰੇ ਜਾਣੇ ਵੀ ਅਸੀਂ ਹੌਲੀ ਹੌਲੀ ਮੰਗ ਕੀਤੀ ਸਾਨੂੰ ਇਨਸਾਫ਼ ਦਿਓ ਦਿਖਾਓ ਤਾਂ ਅਸੀਂ ਇੱਕ ਵਾਰ ਤਾਂ ਦਿਖਾਓ ਇਹਨੇ ਸਾਡੇ ਤਾਂ ਕੁਛ ਨਹੀਂ ਦਿਖਾਇਆ ਇਹਨੂੰ ਹੌਲੀ ਹੌਲੀ ਇਹਨੇ ਅਸੀਂ ਫਿਰ ਰਿਪੋਰਟ ਦਿੱਤੀ ਉੱਥੇ ਥਾਣੇ 'ਚ ਪਹਿਲਾਂ ਮੱਛੋੜੇ ਦਿੱਤੀ ਮੱਛੋੜੇ ਤੁਸੀਂ ਧਰਨਾ ਵੀ ਲਗਾਇਆ ਸੀ ਇਹਨਾਂ ਦੇ ਘਰ ਦੇ ਬਾਹਰ ਪਹਿਲਾਂ ਹਾਂਜੀ ਹਾਂ ਲਵਾਇਆ ਸੀ ਉਹ ਤੋਂ ਬਾਅਦ ਸਾਨੂੰ ਕੋਈ ਇਨਸਾਮ ਨਹੀਂ ਮਿਲਿਆ ਆਪਣੇ ਸਬ ਇੰਸਪੈਕਟਰ ਜਿਹੜਾ ਸੰਤੋਖ ਸਿੰਘ ਆ ਉਹਨੇ ਸਾਨੂੰ ਇਹ ਗੱਲ ਕੀਤੀ ਵੀ ਅਸੀਂ ਦੂਏ ਦਿਨ ਤੁਹਾਨੂੰ ਇਨਸਾਫ਼ ਦਵਾਵਾਂਗੇ ਤੁਸੀਂ ਮੱਛੋੜੇ ਜਾ ਕੇ ਉੱਥੇ ਧਰਨਾ ਚੁੱਕੋ ਮੱਛੋੜੇ ਸਾਹਿਬ ਥਾਣੇ 'ਚ ਆ ਕੇ ਉੱਥੋਂ ਥੋੜਾ ਇਨਸਾਫ਼ ਅਸੀਂ ਕਰਾਂਗੇ ਉੱਥੇ ਕਹਿੰਦਾ ਰਿਪੋਰਟ ਦੇ ਦਿੱਤਾ ਸੀ ਰਿਪੋਰਟ ਦਿੱਤੀ ਉੱਥੇ ਵੀ ਦਿੱਤੀ ਆ ਐਸ ਐਸ ਪੀ ਨੇ ਦਿੱਤੀ ਆ ਡੀ ਐਸ ਪੀ ਨੇ ਵੀ ਦਿੱਤੀ ਹੋਈ ਆ ਉੱਪਰ ਸਾਨੂੰ ਬੰਦਿਆਂ ਨੂੰ ਗੋਲੀਆਂ ਮਾਰਦੀਆਂ ਧਮਕੀਆਂ ਦਿੰਦੇ ਇਹਦੇ ਘਰ ਕੌਣ ਦਿੰਦਾ ਧਮਕੀਆਂ ਤੁਹਾਨੂੰ ਜਿਹੜਾ ਕਮਲ ਗਿੱਲ ਰਿਕਾਰਡਿੰਗ ਪਈ ਆ ਵਿਦ ਪ੍ਰੂਫ ਪਏ ਆ ਉਹ ਕਹਿੰਦਾ ਗੋਲੀ ਉਹ ਮੁੰਡੇ ਕਾਦੀਪ ਉਹਨੂੰ ਕਿਹਾ ਅਸੀਂ ਐਸ ਐਸ ਪੀ ਰਿਟਰਨ ਰਿਪੋਰਟ ਦਿੱਤੀ ਹੋਈ ਆ ਇਹਦੇ ਖਿਲਾਫ਼ ਤੁਸੀਂ ਇੱਥੇ ਬੈਨਰ ਦੇ ਉੱਤੇ ਲਿਖਿਆ ਹੋਇਆ 420, 506, 24 ਇਮੀਗ੍ਰੇਸ਼ਨ ਐਕਟ ਦੀ ਤਹਿਤ ਮਾਮਲਾ ਦਰਜ ਹੋ ਗਿਆ ਹੋਇਆ ਮਾਛੀਵਾੜੇ ਕੀ ਕਾਰਨ ਹੈ ਹੁਣ ਕੀ ਕਾਰਨ ਹੈ ਹਲੇ ਕੋਈ ਇਹਨੇ ਸਾਫ਼ ਨਹੀਂ ਮਿਲਿਆ ਜੀ ਸਾਨੂੰ ਅਸੀਂ ਕੀ ਕਰ ਰਹੀ ਹੈ ਕਿ ਗ੍ਰਿਫਤਾਰੀ ਨਹੀਂ ਕਰ ਰਹੀ ਹੈ ਨਹੀਂ ਗ੍ਰਿਫਤਾਰੀ ਕਿਤੇ ਕੁਛ ਕੀਤਾ ਹੀ ਨਹੀਂ ਉਹਨਾਂ ਨੇ ਹੁਣ ਕਹਿੰਦੇ ਸਾਨੂੰ ਕਹਿੰਦੇ ਗਏ ਸੀ ਕਹਿੰਦੇ 20 ਤਰੀਕ ਤੋਂ ਬਾਅਦ ਕਰਾਂਗੇ ਬਾਕੀ ਸਾਰੇ 2 ਜਣੇ ਦੇ ਪਰਚੇ ਹੋਇਆ ਬਾਕੀ ਜਣੇ ਉੱਕਣੇ ਬੈਠੇ ਆ ਅਸੀਂ ਇਹਨਾਂ ਨੂੰ ਸਾਫ਼ ਕਿੱਥੋਂ ਮਿਲੂਗਾ ਜਾਂ ਸਾਨੂੰ ਨਹੀਂ ਇਨਸਾਫ਼ ਮਿਲਿਆ ਇਹਨਾਂ ਨੂੰ ਕਿੱਥੇ ਮਿਲ ਸਕਦਾ ਵਾ ਠੀਕ ਹੈ ਜੀ ਮਾਨ ਸਰਕਾਰ ਜ਼ਿਆਦਾਤਰ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈ ਵੀ ਕਰ ਰਹੀ ਹੈ ਬੰਦ ਵੀ ਕਰ ਰਹੀ ਹੈ ਲਾਇਸੈਂਸ ਵੀ ਚੈੱਕ ਕਰ ਰਹੀ ਹੈ ਮਾਨ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਰਿਪੋਰਟ ਦਿੱਤੀ ਹੋਈ ਆ ਦੇਖੋ ਠੀਕ ਆ ਉੱਥੇ ਵੀ ਹੋਈ ਸੀ ਉਹ ਕੀ ਕਹਿੰਦੇ ਉਹਨਾਂ ਨੇ ਉੱਥੇ ਨੇ ਐਸਐਸਪੀ ਨੂੰ ਫੋਨ ਕਰਤਾ ਉਹਨਾਂ ਨੇ ਕਹਿੰਦਾ ਵੀ ਇਹ ਤੁਹਾਡੀ ਕਾਰਵਾਈ ਕਰਾਂਗੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਆ ਰਿਟਰਨ ਦਿੱਤੀ ਹੋਈ ਰਿਪੋਰਟ ਦਿੱਤੀ ਹੋਈ ਉੱਥੇ ਅਸੀਂ ਬਰਾੜ ਤੇ ਬਰਾੜ ਉੱਥੇ ਉਹਨੂੰ ਦਿੱਤੀ ਹੋਈ ਰਿਪੋਰਟ ਉੱਤੇ ਉਹਨੇ ਮੈਡਮ ਨੂੰ ਐਸਐਸਪੀ ਨੂੰ ਦਿੱਤੀ ਉਹ ਤਾਂ ਇਹ ਕਾਰਵਾਈ ਹਾਲੇ ਤੱਕ ਖਾਨੇ ਪਈ ਆ ਰਿਪੋਰਟ ਹਾਲੇ ਤੱਕ ਕੁਛ ਨਹੀਂ ਹੋਇਆ ਉੱਥੇ ਜਦੋਂ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਤੁਹਾਡੀ ਕੋਈ ਥਾਣੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਐਸਐਸਪੀ ਮੈਡਮ ਨਾਲ ਜਾਂ ਡੀਐਸਪੀ ਸਾਹਿਬ ਨਾਲ ਜਾਂ ਥਾਣਾ ਮੁਖੀ ਮਾਛੀਵਾੜਾ ਨਾਲ ਕੋਈ ਗੱਲ ਹੋਈ ਗੱਲਬਾਤ ਹੋਈ ਸੀ ਮੇਰੀ ਉਹਨਾਂ ਨਾਲ ਉਹ ਕਹਿੰਦੇ 20 ਤਰੀਕ ਤੋਂ ਬਾਅਦ ਤੁਹਾਨੂੰ ਨਾਲ ਕਰਾਂਗੇ ਗੱਲ ਕਿਹਨਾਂ ਨੇ ਕਿਹਾ ਸੀ ਕਿ 20 ਤਰੀਕ ਤੋਂ ਬਾਅਦ ਇਹ ਐਸਆਈ ਸਤਪਾਲ ਸਿੰਘ ਉਹਨਾਂ ਨੂੰ ਕੇਸ ਆ ਹਾਂਜੀ ਉਹਨਾਂ ਨੇ ਇਹ ਗੱਲ ਇਹ ਕਹੀ ਉਹ ਕੀ ਕਹਿੰਦੇ ਕਿ 20 ਤਰੀਕ ਤੋਂ ਬਾਅਦ ਗ੍ਰਿਫਤਾਰੀ ਕਰਾਂਗੇ ਉਹ ਕਹਿੰਦੇ ਤੁਸੀਂ ਸਾਨੂੰ ਦੱਸਿਓ ਅਸੀਂ ਚੱਕਾਂਗੇ ਉਹਨਾਂ ਨੂੰ ਹਾਲੇ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨਾਲ ਨਾ ਬਾਤ ਆ ਇਸ ਕਰਕੇ ਸਾਡੇ 2 ਜਣੇ ਦੇ ਪਰਚੇ ਆ ਬਾਕੀ ਨੇ ਕੋਈ ਕਾਰਵਾਈ ਨਹੀਂ ਕੀਤੀ ਬਾਕੀ ਉੱਕਣੇ ਬੈਠੇ ਆ ਇੱਥੇ ਬਾਕੀਆਂ ਨੇ ਰਬੜ ਦਿੱਤੀ ਹੋਈ ਆ ਉਹਨਾਂ ਦੇ ਨਾਲ ਸਾਰੀ ਦਿੱਤੀ ਹੋਈ ਆ ਮਤਲਬ ਕੋਈ ਮੁਕੱਦਮਾ ਨਹੀਂ ਦਰਜ ਕਰ ਰਿਹਾ ਨਹੀਂ ਕੁਛ ਨਹੀਂ ਕਰ ਰਿਹਾ ਫਿਰ ਇਹਦੇ ਖਿਲਾਫ ਤੁਸੀਂ ਡੀਐਸਪੀ ਸਾਹਿਬ ਜਾਂ ਐਸਐਸਪੀ ਮੈਡਮ ਕੋਲ ਨਹੀਂ ਗਏ ਗਏ ਸੀ ਉੱਥੇ ਵੀ ਗਏ ਸੀ ਉਹ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਰਦੇ ਆ ਕਹਿੰਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਮਾਛੀਵਾੜਾ ਪੁਲਿਸ ਵੀਰ ਜੀ ਅਸੀਂ ਇਹ ਮੰਗ ਕਰਦੇ ਇਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਹਦਾ ਜੋ ਇਹਦਾ ਲਾਇਸੈਂਸ ਆ ਉਹ ਇਹਦਾ ਹੈਗਾ ਤਾਂ ਇਹਦਾ ਲਾਇਸੈਂਸ ਹੈ ਨਹੀਂ ਇਹਦਾ ਜਲਦੀ ਜਲਦੀ ਇਹਨੂੰ ਗ੍ਰਿਫਤਾਰੀ ਕੀਤੀ ਜੋ ਧਮਕੀ ਬੰਦੇ ਦਿੰਦੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਹੁਣ ਇਹ ਸਰ ਦੇ ਵਿੱਚ ਹੈਗੇ ਨਹੀਂ ਹੈਗੇ ਸਾਰੇ ਹਾਂਜੀ ਅੰਦਰ ਸਾਰੇ ਬੈਠੇ ਸਾਨੂੰ ਇੱਥੇ ਕਹਿੰਦੇ ਇੱਥੇ ਤਾਂ ਹੈ ਨਹੀਂ ਅਜੇ ਤੱਕ ਕੱਢਤੇ ਕਹਿੰਦੇ ਬਾਹਰ ਉਹਨਾਂ ਨੂੰ ਕਿਹਨੇ ਕਿਹਾ ਤੁਹਾਨੂੰ ਉਹਦੀ ਮਾਤਾ ਨੇ ਸਾਨੂੰ ਕਿਹਾ ਕੱਢਤੇ ਬਾਹਰ ਉਹਦਾ ਮੁੰਡਾ ਵੀ ਭਾਏ ਉਹਦਾ ਪਿਆ ਸੀ ਉਹ ਵੀ ਸਾਨੂੰ ਧਮਕੀਆਂ ਲੱਗ ਗਿਆ ਇੱਥੇ ਨਹੀਂ ਹੈਗੇ ਤੁਸੀਂ ਜਾਓ ਉੱਠੋ ਉੱਠੋ ਠੀਕ ਅਸੀਂ ਇਹ ਕਰਦੇ ਹਾਂ ਸਰਕਾਰ ਨੂੰ ਕਹਿੰਦੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਗਾ ਠੀਕ ਆ ਕਦੋਂ ਤੱਕ ਤੁਹਾਡਾ ਇਸ ਤਰ੍ਹਾਂ ਹੀ ਜਾਰੀ ਰਹੂ ਜਿੰਨਾ ਕਿ ਸਾਨੂੰ ਨਿਸ਼ਾਨ ਨਹੀਂ ਮਿਲਦਾ ਉਹਨਾਂ ਦੀ
जिन्हों के घर के बाहर धरना लग्या होया कमल गिल जिन्हों की वाइफ का नाम वो लै रहे हैं भी जिन्हों के उत्ते कार्रवाई हुई है उन्होंने हसबेंड ने जो कमल गिल वो साढ़े नाल मौजूद ने गलबात कर लें बई जी की सारा मामला थोनू लैके इमीग्रेशन का चक्कर दस रहे हैं कोई कि उन्होंने कहना कि ना तो इन्होंने कोई लाइसेंस है असी फाइल लगवाइया से की सारा मामला है भाजी गल हुई थी जदों स्टार्टिंग तो गल मैं तुम दसदा जदों घर के पेल गल हुई मैं इमीग्रेशन का काम करना मैं बैठे से घर के परिवार बैठे से असी बच्चे नहीं आना है भी जो करना कर लो तुम सानू आया टाइम सर्कल जहाँ कई घूमया कई गल्ला होंदिया चलो मैंने तक भी इनकम आँदी से चलो भी 25,000 जो एक प्लाट चो बचना करना है ना करी जाता से चलो एक दी फाइल लगी साढ़े ना भागपुर मेरी मम्मी दे ताई दी कुड़ी है मासी लगी मेरी उन्होंने गुरजंट सिंह उतो बुलाया दौलतपुर तो उन्होंने रिश्तेदारी पैंती सी कहां तो कहां साड़ी भी भिड़ गई बुलाया फाइल लगी उन्होंने ना तो लसेंस चैक करे बिना लसेंस चैक करके चलो जिनी भी उम्र सी 25 सी 26 सी उन्होंने पेमेंट उन्होंने देती उन्होंने देती जी वो तो गाहां उन्होंने रिश्तेदार आ गए उन्होंने फाइल लग गई गाहां तो गाहां रिश्तेदार सारे जिन्हें बैठे रिश्तेदार ही ने गाहां तो गाहां मासी लगदे कोई मम्मी ना पढ़ती होंदी सी कुड़ी पठानकोट तो ने उहदा मुंडा वी विच फिरदा उरे ਉਹ ਵੀ ਨਾਲ ਸੀ ਉਹਨਾਂ ਦੀ ਫਾਈਲ ਲੱਗ ਗਈ ਉਹਨਾਂ ਨੇ ਫੇਰ ਗਾਹਾਂ ਮੱਛ ਫੜਦੇ ਇੰਦਰਾ ਕਲੋਨੀ ਦੇ ਉਹ ਨੇ ਮੈਨੂੰ ਨਾਂ ਨਹੀਂ ਪਤਾ ਹੋਣਾ ਫਿਰ ਉਹਨਾਂ ਦੀ ਫਾਈਲ ਲੱਗੀ ਲੱਗੀ ਗਈ ਲੱਗੀ ਗਈ ਮੈਂ ਬੈਠਾ ਤੁਹਾਨੂੰ ਐਵੇਂ ਕਹੀਏ ਪਹਿਲੇ ਦਿਨ ਮੈਂ 2-4 ਬਹਿੰਦਾ ਵੀ ਰਿਹਾ ਜਿਹੜਾ ਦਫ਼ਤਰ ਖੋਲਿਆ ਸੀ ਤੁਸੀਂ ਇਮੀਗ੍ਰੇਸ਼ਨ ਦਾ ਉਹ ਕਿਹੜੀ ਜਗ੍ਹਾ 'ਤੇ ਖੋਲਿਆ ਸੀ ਕਿਹਦੇ ਨਾਂ 'ਤੇ ਖੋਲਿਆ ਸੀ ਦਫ਼ਤਰ ਆਪਣਾ ਘਰ ਦੇ ਵਿੱਚ ਸੀ ਡਰਾਇੰਗ ਰੂਮ 'ਚ ਸੀ ਜਿਵੇਂ ਇੱਕ ਚੇਅਰ ਵਗੈਰਾ ਉੱਥੇ ਧਰਤੀ ਔਡਰ ਕਰੀ ਕਿਵੇਂ ਕਰੀ ਆ ਗਈ ਅਤੇ ਸਾਰੇ ਫਾਈਲਾਂ ਲੱਗੀ ਗਈਆਂ ਪੈਸੇ ਦੇਈ ਗਏ ਨਾ ਤਾਂ ਲੋਕਾਂ ਨੇ ਲਾਇਸੈਂਸ ਪੁੱਛਿਆ ਫਾਈਲ ਲੱਗੀ ਗਈ ਅਤੇ ਫਾਈਲ ਲੱਗੀ ਗਈ ਨਾਲ ਦੀ ਨਾਲ ਵੀਰੇ ਪੈਸਾ ਆ ਗਿਆ ਪੈਸਾ ਕਿੱਥੇ ਜਾਂਦਾ ਸੀ ਸਾਨੂੰ ਨਹੀਂ ਪਤਾ ਸੀ ਜੋ ਇੱਕ ਘਰ ਦਾ ਖਰਚਾ ਸੀ ਉਹ ਤਾਂ ਮੈਂ ਮੁੱਕਰਦਾ ਨਹੀਂ ਹੈਗਾ ਉਹ ਘਰ 'ਚ ਖਰਚਾ ਹੁੰਦਾ ਸੀ ਕੋਈ ਬਾਹਰ ਦਾ ਮੁੰਡਾ ਵੀ ਸੀ ਕੋਈ ਜਿਹਦੇ ਨਾਲ ਕੰਮ ਚੱਲਦੇ ਸੀ ਨਾਲ ਇੱਕ ਕੁੜੀ ਸੀ ਉਹਦਾ ਵੀ ਮੈਨੂੰ ਪਤਾ ਨਹੀਂ ਸੀ ਕੁੜੀਆਂ 6-7 ਰੱਖੀਆਂ ਸੀ ਉਹਦਾ ਵੀ ਮੈਨੂੰ ਪਤਾ ਨਹੀਂ ਸੀ ਜਿਹੜੇ ਗਾਹਕ ਆਉਂਦੇ ਸੀ ਕਸਟਮਰ ਕਹਿ ਸਕਦੇ ਹਾਂ ਫਾਈਲ ਲਗਵਾਉਣ ਦੇ ਲਈ ਉਹਨਾਂ ਨੂੰ ਤੁਸੀਂ ਅਟੈਂਡ ਕਰਦੇ ਸੀ ਜਾਂ ਤੁਹਾਡੀ ਵਾਈਫ ਮੈਂ ਪਹਿਲਾਂ ਜ਼ਰੂਰ ਮਿਲਿਆ ਸਾਰੇ ਇਸ ਗੱਲ ਦੇ ਗਵਾਹ ਨੇ ਮੈਂ ਮਿਲਿਆ ਜ਼ਰੂਰ ਹਾਂ ਪਰ ਪੈਸਿਆਂ ਦੀ ਗੱਲ 'ਚ ਨਹੀਂ ਮਿਲਿਆ ਹਾਂਜੀ ਹਾਂਜੀ ਕਿੱਦਾਂ ਜਿਹੜਾ ਪੈਸੇ ਦਾ ਲੈਣ ਦੇਣ ਹੁੰਦਾ ਸੀ ਉਹ ਤੁਹਾਡੀ ਵਾਈਫ ਕਰਦੀ ਸੀ ਸਾਰਾ ਬਿਲਕੁਲ ਤੁਹਾਨੂੰ ਨਹੀਂ ਸੀ ਪਤਾ ਹੁੰਦਾ ਕਿੰਨੇ ਪੈਸੇ ਲਿੱਤੇ ਨੇ ਜਾਂ ਕਿੰਨੇ 'ਚ ਗੱਲ ਹੋਈ ਆ ਬਾਹਰ ਮੈਨੂੰ ਬਾਅਦ ਅੰਦਰ ਆ ਕੇ ਦੱਸਣਾ ਸੀ ਹਾਂ ਇੰਨੇ ਪੈਸੇ ਲਏ ਨੇ ਐਵੇਂ ਕਹੀਏ ਚੈੱਕ 'ਚ ਵੀ ਆਉਂਦੇ ਰਹੇ ਕਾਊਂਟਾਂ 'ਚ ਵੀ ਆਉਂਦੇ ਰਹੇ ਕਾਊਂਟਾਂ 'ਚ ਵੀ ਉਹਨਾਂ ਦੇ ਆਏ ਨੇ ਅਤੇ ਜਿਹੜੇ ਕੈਸ਼ ਸੀ ਉਹ ਵੀ ਇਹਨਾਂ ਕੋਲ ਫੜੇ ਨੇ ਚੈੱਕ ਦਿੱਤੇ ਸੀ ਹੁਣ ਮੇਰੇ 2 ਚੈੱਕ ਫਿਰਦੇ ਨੇ ਮੈਨੂੰ ਤਾਂ ਇਹ ਟੈਨਸ਼ਨ ਵੀ ਕਿਤੇ ਮੇਰੇ ਤਰ੍ਹਾਂ ਕਾਰਵਾਈ ਹੋ ਜਾਵੇ ਉਹਨਾਂ ਦੋਨਾਂ ਤੁਹਾਡੇ ਦੋਨਾਂ ਤੋਂ ਇਲਾਵਾ ਕੋਈ ਤੀਸਰਾ ਬੰਦਾ ਵੀ ਵਿੱਚ ਸੀਗਾ ਜਿਹੜਾ ਫਾਈਲ ਲਵਾਉਣ ਦੇ ਵਿੱਚ ਇਨਵੋਲਵ ਸੀਗਾ ਇਹ ਮੈਟਰ ਦੇ ਵਿੱਚ ਤੀਸਰਾ ਬੰਦਾ ਇੱਕ ਤਾਂ ਕੁੜੀ ਨਾਲ ਕੰਮ ਕਰਦੀ ਸੀ ਐਵੇਂ ਝੂਠ ਮਾਰੀ ਮੈਂ ਉਹਦਾ ਵੀ ਕਸੂਰ ਨਹੀਂ ਗਿਣਦਾ ਹੈਗਾ ਜਿਵੇਂ ਮੇਰੀ ਵਾਈਫ ਨੇ ਕਹਿਣਾ ਉਵੇਂ ਉਹਨੇ ਮੰਨਣਾ ਮੈਂ ਤੁਹਾਨੂੰ ਗੱਲ ਸੱਚ ਦੱਸਦਾ ਐਵੇਂ ਕਹੀ ਆਪਾਂ ਕਿਸੇ ਦੀ ਦੇਣੀ ਆ ਨਾ ਵੀ ਚੱਲ ਆਪਾਂ ਕਾਹਨੂੰ ਅਗਲੇ ਦੀ ਗੱਲ ਉਹ ਵੀ ਸਾਨੂੰ ਜਾਣਦੇ ਚੰਗੀ ਤਰ੍ਹਾਂ ਉਹਦਾ ਵਿੱਚ ਕੋਈ ਰੋਲ ਨਹੀਂ ਸੀ ਕਿਉਂਕਿ ਇਹ ਉਮਰ 'ਚ ਵੱਡੀ ਸੀ ਉਹ ਚੱਲ ਹੈ ਤਾਂ ਬਰਾਬਰ ਜੀ ਸੀ ਜਿਵੇਂ ਇਹਨੇ ਕਹਿਣਾ ਉਵੇਂ ਉਹਨੇ ਕਰਨਾ ਸਾਰੀ ਗੱਲ ਰਹੀ ਗੱਲ ਕਲਾਇੰਟਾਂ ਦੀ ਪਹਿਲਾਂ ਪਹਿਲਾਂ ਜ਼ਰੂਰ ਮਿਲਦਾ ਰਿਹਾ ਐਵੇਂ ਝੂਠ ਮਾਰੀ ਪੇਮੈਂਟ ਨਾ ਮੈਂ ਫੜੀ ਆ ਨਾ ਮੈਂ ਪੇਮੈਂਟ ਨੂੰ ਹੱਥ ਲਾਇਆ ਕਿੰਨੇ ਕੁ ਜਣਿਆਂ ਦੀ ਪੇਮੈਂਟ ਆ ਉਹਨਾਂ ਦਾ ਕਹਿਣਾ ਕਿ 25-30 ਲੱਖ ਰੁਪਏ ਟੋਟਲ ਹੈਗਾ ਮੇਰੇ ਹਿਸਾਬ ਨਾਲ ਜਿੰਨੀ ਮੇਰੀ ਗੱਲ ਹੋਈ ਆ ਵੀ 23 ਲੱਖ ਰੁਪਏ ਪੇਮੈਂਟ ਬਣਦੀ ਹੈ 23 ਲੱਖ ਟੋਟਲ ਤੁਸੀਂ 23 ਲੱਖ ਦੇ ਦੇਣਦਾਰ ਜਿੱਦਣ ਪੁਲਿਸ ਦਾ ਚੱਕਰ ਹੋਇਆ ਸੀ ਉਦਣ ਅਸੀਂ ਗਏ ਸੀ ਮੈਨੂੰ ਤਾਂ ਘਰਦੇ ਨੇ ਇਹ ਕਿਹਾ ਮੇਰੇ ਸ਼ਹਿਰ ਨੇ ਕਿਹਾ ਸ਼ਹਿਰ ਆਪਣੇ ਨਾਲ ਖੜਾ ਵਾ ਵੀ ਤੈਨੂੰ ਜਾਣ ਦੀ ਲੋੜ ਨਹੀਂ ਸੀ ਤੂੰ ਇੱਕ ਵਾਰ ਉੱਥੇ ਛੱਡ ਆਉਂਦਾ ਜਿੰਨੇ ਬਾਹਰ ਖੜੇ ਨੇ ਜਿਵੇਂ ਹੁਣ ਵੀ ਉਹਨਾਂ ਨੂੰ ਮਿਲਾ ਨਾ ਪਿਆਰ ਨਾਲ ਉਹੀ ਗੱਲ ਕਹਿਣਗੇ ਮੈਨੂੰ ਇੰਨਾ ਤਾਂ ਵਿਸ਼ਵਾਸ ਹੈਗਾ ਹੀ ਆ ਆਹ ਬਾਪੂ ਜੀ ਬੈਠੇ ਨੇ ਵੀਰੇ ਹੁਣੀ ਖੜੇ ਨੇ ਇਹਨਾਂ ਨੂੰ ਵੀ ਪਤਾ ਹੀ ਆ ਇਹਨਾਂ ਨੂੰ ਮਿਲਦਾ ਰਿਹਾ ਵੀ ਹਾਂ ਥੋੜੀ ਸਿਹਤ ਕਿੱਦਾਂ ਕਿੱਦਾਂ ਹਨਾ ਇਹ ਗੱਲ ਹੁਣ ਤੁਹਾਡੀ ਵਾਈਫ ਕਿੱਥੇ ਹੈ ਉਹ ਵਾਈਫ ਦੇ ਉੱਤੇ FIR ਵੀ ਹੋਈ ਹੋਈ ਆ 5 ਸਤੰਬਰ ਦੀ ਬਿਲਕੁਲ ਸਾਨੂੰ ਪਤਾ ਜੀ 5 ਸਤੰਬਰ ਅੱਜ ਤਰੀਕ ਦੇਖ ਲਓ 15 ਤਰੀਕ ਹੋ ਗਈ ਮੈਨੂੰ ਪਤਾ ਲੱਗਾ 13 ਤਰੀਕ ਨੂੰ ਅੱਛਾ ਤੁਹਾਡੀ ਵਾਈਫ ਤੁਹਾਡੇ ਤੋਂ ਕਦੋਂ ਉਦੋਂ ਪਰਚਾ ਪਤਾ ਪਿਆ ਸੀ ਜਾਂ ਨਹੀਂ ਪਿਆ ਸੀ ਚੱਲ ਤੁਸੀਂ ਦੱਸ ਦਿਓ 5 ਸਤੰਬਰ ਤਾਂ ਪੜ ਮੈਂ ਵੀ ਲਿਆ ਸੀ ਉਦੋਂ ਸਾਡੇ ਘਰ 'ਚ ਰੌਲਾ ਬਹੁਤ ਚੱਲਦਾ ਸੀ ਜੇ ਗੱਲ ਕਰਦੇ ਉਹਨੇ ਹੱਥਾਂ ਦੇ ਭਾਰ ਰੇਡ ਮਾਰਨੇ ਵੀ ਐਂ ਕਰਨਾ ਉਹ ਕਰਨਾ ਤੁਸੀਂ ਵਾਈਫ ਨੂੰ ਕੁਛ ਕਹਿੰਦੇ ਸੀ ਯਾਰ ਵੀਰੇ ਜਦੋਂ ਪੁੱਛਦਾ ਸੀ ਵੀ ਭਾਈ ਦੱਸ ਮੈਨੂੰ ਮੇਰੀ ਸ਼ਹਿਰ 'ਚ ਬੇਸ ਹੋਗੀ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਸਾਰੇ ਮਛਵਾੜੇ ਨੂੰ ਪਤਾ ਮੈਂ ਕੀ ਸੀ ਕੀ ਨਹੀਂ ਸੀ ਸ਼ਹਿਰ 'ਚ ਆਪਣੀ ਫੁੱਲ ਇੱਜ਼ਤ ਸੀ ਨਾ ਕਿਸੇ ਦਾ ਪੈਸਾ ਲਿਆ ਜ਼ਮੀਨਾਂ ਵੇਚੀਆਂ ਆਪਣੇ ਦਮ 'ਤੇ ਵੇਚੀਆਂ ਨੇ ਕਿਸੇ ਦੀ ਨਾ ਕਿਸੇ ਦੀ ਹੈਗੀਆਂ ਸੀ ਠੀਕ ਹੈ ਜੀ ਮੁੜ ਕੇ ਇਹਨੇ ਕੰਮ ਚਲਾਇਆ ਵਾ ਹੁਣ ਮੈਂ ਕਿਹਾ ਵਾਈਫ ਤੁਹਾਡੀ ਹੁਣ ਕਿੱਥੇ ਮੈਂ ਵਾਈਫ ਇੱਕ ਵਾਰ ਛੱਡਿਆ ਸੀ ਵੀਰੇ ਹੁਣ ਕਿੱਥੇ ਛੱਡ ਗਿਆ ਸੀ ਨਾ ਮੈਂ ਐਵੇਂ ਕਹੀਏ ਵੀ ਕਿਤੇ ਹੋਰ ਛੱਡ ਕੇ ਆਇਆ ਉਹ ਛੱਡ ਗਿਆ ਘਰ ਦੇ ਕਹਿੰਦੇ ਬੱਸ ਚੜਾਇਆ ਵੀ ਤੁਹਾਡਾ ਤਾਂ ਲੈਣ ਦਿਆਂਗੇ ਮੇਰੀ ਨਾਨੀ ਕਹਿੰਦੀ ਵੀ ਭਾਈ ਤੂੰ ਇੱਕ ਵਾਰ ਛੱਡਿਆ ਵੀ ਕੱਲੂ ਅਗਲੇ ਇਹ ਨਾ ਕਹੇ ਆਪਣੀ ਵਾਈਫ ਛੱਡ ਦੇ ਤੁਸੀਂ ਕਿੰਨੀ ਤਰੀਕ ਨੂੰ ਉਹਨਾਂ ਨੂੰ ਛੱਡ ਕੇ ਆਏ ਤੁਸੀਂ ਲਾ ਲਓ 4-5 ਦਿਨ ਹੋ ਗਏ ਹੋਣੇ 4-5 ਦਿਨ ਤਰੀਕ ਨਹੀਂ ਪਤਾ ਉਸ ਤੋਂ ਬਾਅਦ ਤੁਹਾਡੀ ਕੋਈ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਬਿਲਕੁਲ ਨਹੀਂ ਗੱਲ ਹੋਈ ਜਿਹਨਾਂ ਨੇ ਮੈਨੂੰ ਹੁਣ ਮੈਨੂੰ ਇੱਕ ਫੋਨ ਆਇਆ ਇੱਕ ਕੁੜੀ ਦਾ ਜਲੰਧਰ ਤੋਂ ਉਹ ਕਹਿੰਦੀ ਭਾਜੀ ਮੇਰਾ 1,20,000 ਆ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਮੈਨੂੰ ਭਾਜੀ ਕਹਿੰਦੇ ਪਰਾਉਣਾ ਲੱਗਦਾ ਚਲੋ ਉਹਨਾਂ ਦਾ ਮੈਸੇਜ ਲਿਆਂਦਾ ਉਹ ਕਹਿੰਦੀ ਪੇਮੈਂਟ ਮੈਂ ਕਿਹਾ ਮੈਂ ਆਪਣੇ ਘਰਦਿਆਂ ਤੋਂ
ਉਹਨਾਂ ਨੂੰ ਫੋਨ ਲਵਾ ਦੂੰ ਵੀ ਹੁਣ ਪਿਆ ਹੈ ਉਹਨਾਂ ਤੇ ਪਰਚਾ, ਫੋਨਾਂ ਦਾ ਗੱਲ ਹੁੰਦੀ ਆ। ਹਾਂ ਮੈਂ ਇੱਕ ਗੱਲ ਹੋਰ ਦੱਸਦਾ, ਪਰਚਾ ਪਿਆ ਸੀ ਮੈਨੂੰ ਇਹ ਸੀ ਮੈਂ ਇੱਕ ਵਾਰ ਜਮਾਨਤ ਕਰਾ ਦਵਾਂ ਵੀ ਮੇਰੀ ਡਿਊਟੀ ਖਤਮ, ਕਿਉਂਕਿ ਹਲੇ ਤੱਕ ਕਿਹੜਾ ਤਲਾਕ ਹੋਇਆ। ਉਹ ਮੇਰੀ ਪੁਲਿਸ ਨਾਲ ਗੱਲ ਹੋਈ ਸੀ ਸੌ ਨੰਬਰ, ਉਹ ਮੈਨੂੰ ਇਹੀ ਗੱਲ ਕਹਿੰਦੇ, ਕਹਿੰਦੇ ਡੀਐਸਪੀ ਸਾਹਿਬ ਕੋਲ ਤੁਸੀਂ ਲਿਖਤ ਕਰਕੇ ਦੇ ਦਿਓ। ਤੁਸੀਂ ਜਮਾਨਤ ਲਵਾਈ ਹੈ ਬਾਈ ਸਰੀ ਫਿਰ ਜਦੋਂ ਪਰਚਾ ਦਰਜ ਹੋਇਆ? ਤਾਂ ਫਿਰ ਵਕੀਲ ਵੀ ਨਹੀਂ ਕਰਿਆ, ਕੁਛ ਨਹੀਂ ਕੀਤਾ? ਮੈਂ ਤਾਂ ਐਵੇਂ ਕਹੀਏ ਮੇਰੀ ਅਭੀ ਚਲੋ ਕਿਹੜਾ ਆਪਣੇ ਵਕੀਲ ਸਾਹਿਬ ਸ਼ਰਮਾ ਸਾਹਿਬ ਵਕੀਲ ਖੇੜੇ ਥਰੂ ਗੱਲ ਮੇਰੀ ਹੋਈ ਸੀ ਪਹਿਲਾਂ ਮੈਨੂੰ, ਉਸ ਤੋਂ ਬਾਅਦ ਮੈਂ ਨਾ ਵਕੀਲ, ਤੁਸੀਂ ਹਜੇ ਕੋਈ ਵਕੀਲ ਹਾਇਰ ਨਹੀਂ ਸੀ ਕੀਤਾ ਉਹਨਾਂ ਦੀ? ਕੀਤਾ ਨਹੀਂ, ਮੈਂ ਨਹੀਂ ਕਰਿਆ ਹੈਗਾ, ਉਹਨਾਂ ਨੇ ਕਰਿਆ ਨਹੀਂ ਕਰਿਆ ਉਹ ਰੱਬ ਜਾਣਦਾ ਜੀ। ਬਾਕੀ ਤੁਸੀਂ ਦੱਸੋ, ਮੈਂ ਪੁੱਛਣਾ ਵਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਵਾਈਫ ਨੂੰ ਹੁਣ ਛੱਡਤਾ ਹੈ ਪੁਲਿਸ ਗ੍ਰਿਫਤਾਰ ਹੀ ਕਰਨ ਦੇ ਲਈ, ਤੁਹਾਡੇ ਤੁਸੀਂ ਦੱਸਿਆ ਕਿ 4-5 ਦਿਨ ਪਹਿਲਾਂ ਵਾਈਫ ਗਈ ਹੈ 5 ਤਰੀਕ ਦੀ, ਪਰਚਾ ਉਹਨੂੰ ਪਤਾ ਨਹੀਂ ਸੀ? ਤੁਹਾਨੂੰ ਨਹੀਂ ਸੀ ਪਤਾ, ਪਰ ਕੋਈ ਘਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਸੀ ਗ੍ਰਿਫਤਾਰ ਕਰਨ? ਕੋਈ ਨਹੀਂ ਆਇਆ, ਕਿਸੇ ਦਾ ਫੋਨ ਆਇਆ ਪੁਲਿਸ ਸਟੇਸ਼ਨ? ਮੈਨੂੰ ਆਇਆ ਸੀ 30 ਤਰੀਕ ਨੂੰ ਮੈਂ ਉਰੋਂ ਗਿਆ, ਜਦੋਂ ਮੈਂ ਨਾਲ ਗਿਆ, ਮੈਂ ਤਾਂ ਇਹ ਗਲਤੀ ਕਰ ਲਈ, ਮੈਂ ਨਾਲ ਗਿਆ, ਮੈਂ ਭੱਜਿਆ, ਮੈਂ ਕਿਉਂ ਫਿਰ ਤਾਂ ਮੇਰਾ ਕਸੂਰ ਕੀ ਸੀ? ਐਵੇਂ ਝੂਠ ਮਾਰੇ ਜੀ, ਫਿਰ ਜਿੰਨੇ ਮੇਰੇ ਫੋਨ 'ਚ ਨੰਬਰ ਨੇ ਸਾਰਾ ਮੱਛ ਵੜਾ ਸੀ, ਮੈਨੂੰ ਤਾਂ ਕਹਿਣ ਵੀ ਭਾਈ ਤੇਰੀ ਕੋਈ ਗਲਤੀ ਨਹੀਂ ਸੀ? ਜਿਹੜੀ ਐਫ ਆਈ ਆਰ ਹੋਈ ਆ ਉਹ ਤੁਹਾਡੀ ਵਾਈਫ ਤੇ ਓਨਲੀ ਹੋਈ ਆ ਕਿ ਤੁਹਾਡੇ ਤੇ ਵੀ ਨਾਲ ਹੋਈ? ਵਾਈਫ ਤੇ ਹੋਈ ਆ, ਮੈਨੂੰ ਬਾਕੀ ਪਤਾ ਨਹੀਂ ਹੈਗਾ ਵੀ ਮੇਰੇ ਤੇ ਹੋਈ ਆ ਨਹੀਂ, ਵਾਈਫ ਤੇ ਹੋਈ। ਹੁਣ ਤੁਹਾਡਾ ਕੀ ਕਹਿਣਾ ਜਿਹੜਾ ਨੇ ਧਰਨਾ ਲਾਇਆ ਹੋਇਆ ਤੁਹਾਡੇ ਘਰ ਦੇ ਖਿਲਾਫ ਲਾਇਆ ਹੋਇਆ, ਵਿੱਚੇ ਤੁਹਾਡੀ ਵਾਈਫ ਦਾ ਨਾਮ ਲੈ ਰਿਹਾ, ਵਿੱਚੇ ਤੁਹਾਡੀਆਂ ਫੋਟੋਆਂ ਵੀ ਲਾਈਆਂ ਹੋਈਆਂ ਬੈਨਰ ਤੇ, ਵਿੱਚੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਨਹੀਂ ਕਰ ਰਿਹਾ, ਪਰ ਤੁਸੀਂ ਕੀ ਕਹਿੰਦੇ ਹੋ, ਤੁਹਾਡਾ ਕੀ ਪੱਖ? ਮੇਰਾ ਤਾਂ ਪੱਖ ਇਹ ਆ ਜੀ, ਮੈਂ ਤਾਂ ਐਵੇਂ ਝੂਠ ਮਾਰੀ ਲੋਕਾਂ ਦੇ ਨਾਲ, ਮੈਂ ਤਾਂ ਨਾਲ ਜਾ ਕੇ ਬਹਿ ਜਾਣਾ ਇਹਨਾਂ ਦੇ, ਚਲੋ ਮੇਰਾ ਤਲਾਕ ਹੋਣਾ ਹੋਣਾ, ਕਿਸੇ ਦੀਆਂ ਗੱਲਾਂ ਸੀ ਹੁਣ ਕਿਸੇ ਦੀਆਂ ਗੱਲਾਂ ਸੀ, ਇਹਨਾਂ ਨਾਲ ਜਾ ਕੇ ਮੈਂ ਬਹਿਣਾ ਹਨਾ, ਮੈਨੂੰ ਐਂ ਵੀ ਇਹਨਾਂ ਦੇ ਪੈਸੇ ਮੋੜਨ, ਕਿਸੇ ਨੇ ਮੋਟਰਸਾਈਕਲ ਵੇਚ ਕੇ ਦਿੱਤਾ, ਆਪਾਂ ਸਾਹਮਣੇ ਭਾਜੀ ਖੜੇ ਨੇ, ਇਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੋਈ ਹੈ ਵੀ ਮੈਂ ਐਵੇਂ ਪੈਸੇ ਦਿੱਤੇ ਨੇ, ਕਿਉਂਕਿ ਕਿਸੇ ਕੋਲ ਚਾਹੇ ਲੱਖ ਦੀ ਆਪਾਂ ਗੱਲ ਕਰੀਏ ਅਗਲਾ ਬਹੁਤ ਔਖਾ ਦਿੰਦਾ, ਕਿੰਨੀ ਗੱਲ ਸਾਹਿਬ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ, ਕਿਸੇ ਨੇ ਮੋਟਰਸਾਈਕਲ ਵੇਚਿਆ, ਕਿਸੇ ਨੇ ਵੇਚਿਆ, ਮੇਰੇ ਕੋਲ ਫੋਨ ਸੀ, ਮੇਰੇ ਕੋਲ ਐਪਲ ਦਾ ਜਿਹੜਾ ਆਪਾਂ ਲਿਆ ਸੀ 14 ਪ੍ਰੋ ਮੈਕਸ ਇਹਨੂੰ ਕਹਿੰਦੇ ਆ, ਮੈਂ ਇੰਨੀ ਗੱਲ ਕਹਿਤੀ ਸੀ, ਮੈਂ ਕਿਹਾ ਮੈਂ ਆਪਣਾ ਫੋਨ ਵੇਚ ਕੇ ਮੇਰਾ 90,000 ਦਾ ਹੁਣ ਫੋਨ ਵੇਚ ਜਾ, ਤੁਹਾਨੂੰ 80,000 ਹੋਣ ਦਿੰਦਾ, ਮੇਰੀ ਘਰ ਵਾਲੀ ਫਿਰ ਉਹਨਾਂ ਨੂੰ ਟੁੱਟ ਕੇ ਪੈ ਗਈ ਵੀ ਤੁਸੀਂ ਸਾਡੇ ਘਰ 'ਚ ਕਲੇਸ਼ ਪਾਉਂਦੇ ਚੀਜ਼ਾਂ ਪਕਾਉਂਦੇ ਹੋ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਲੋਕਾਂ ਨੇ ਤਾਂ ਚੀਜ਼ਾਂ ਹੀ ਵੇਚੀਆਂ ਨੇ, ਫਿਰ ਲੜਾਈ। ਜਦ ਤੁਸੀਂ ਆਪਣੀ ਵਾਈਫ ਨੂੰ ਕਹਿੰਦੇ ਸੀ ਕਿ ਆਪਾਂ ਪੈਸੇ ਮੋੜ ਦਿੰਦੇ ਹਾਂ ਉਹਨਾਂ ਦੇ ਜਾਂ ਕੁਛ ਕਰ ਲਿਆ, ਸ਼ੁਕਰ ਇਹਨਾਂ ਦੇ ਪਾਸਵਰਡ ਮੁੜ ਗਏ, ਸਾਡੇ ਮੇਰਾ ਮੇਰੀ ਮੰਮੀ ਦਾ ਮੇਰੇ ਛੋਟੇ ਭਰਾ ਦਾ ਸਾਡੇ ਪਾਸਵਰਡ ਵੀ ਉੱਥੇ ਪਏ ਨੇ, ਕੋਠੀ ਤੱਕ ਦੀਆਂ ਨਕਸ਼ੇ ਤੱਕ ਦੀਆਂ ਫਾਈਲਾਂ ਉੱਥੇ ਪਈਆਂ ਨੇ। ਕੀ ਤੁਹਾਨੂੰ ਇਹ ਗੱਲ ਦਾ ਪਤਾ ਕਿ ਬਿਨਾਂ ਲਾਇਸੈਂਸ ਤੋਂ ਅਗਰ ਆਪਾਂ ਇਮੀਗ੍ਰੇਸ਼ਨ ਦਾ ਕੋਈ ਏਜੰਟ ਟਰੈਵਲ ਏਜੰਟ ਕਰਦੇ ਹਾਂ, ਕੋਈ ਇਮੀਗ੍ਰੇਸ਼ਨ ਦਫ਼ਤਰ ਖੋਲਦੇ ਹਾਂ ਤਾਂ ਆਪਣੇ ਤੇ ਉਲਟਾ ਕਾਰਵਾਈ ਹੋ ਸਕਦੀ ਹੈ? ਬਿਲਕੁਲ ਲਾਇਸੈਂਸ ਦਾ, ਇਸ ਗੱਲ ਦਾ ਤੁਹਾਨੂੰ ਪਤਾ ਸੀਗਾ ਪਹਿਲਾਂ ਤੋਂ? ਗੱਲ ਇਹ ਚੱਲਦੀ ਹੁੰਦੀ ਘਰ ਚੋਂ, ਆਪਾਂ ਇੰਨੇ ਵੀ ਨਿਆਣੇ ਨਹੀਂ ਹੈਗੇ ਹਨਾ, ਗੱਲ ਇਹ ਚੱਲਦੀ ਹੁੰਦੀ ਸੀ ਭਾਈ ਜਿਹਦੇ ਨਾਲ ਮੈਂ ਕੰਮ ਕਰਦੀ ਹਾਂ ਨਾ ਤਾਂ ਮੈਂ ਉਹਨੂੰ ਮਿਲਿਆ ਨਾ ਮੈਂ ਗਿਆ, ਜਦੋਂ ਮੈਂ ਕਿੱਥੋਂ ਦੇ ਸੀ ਜਿਨ੍ਹਾਂ ਦੇ ਨਾਲ ਕੰਮ ਕਰਦੇ ਸੀ? ਮੈਨੂੰ ਇਹ ਵੀ ਨਹੀਂ ਪਤਾ, ਤੁਹਾਨੂੰ ਇਹ ਵੀ ਨਹੀਂ, ਤੁਹਾਡੀ ਵਾਈਫ ਹੀ ਜਾਣਦੇ ਸੀ? ਮੈਨੂੰ ਇੰਨਾ ਪਤਾ, ਮੈਂ ਹਜੂਰ ਸਾਹਿਬ ਗਿਆ ਸੀ ਗੋਬਿੰਦ ਸਿੰਘ ਦੀ ਨਗਰੀ 'ਚ ਹਨਾ, ਗੁਰੂ ਗੋਬਿੰਦ ਸਿੰਘ ਦੀ ਨਗਰੀ 'ਚ, ਚਲੋ ਮੇਰੇ ਸਭ ਤਾਂ 10 ਦਿਨ ਲੱਗ ਗਏ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ। ਮੈਨੂੰ ਉੱਥੇ ਫੋਨ ਆ ਗਿਆ ਵੀ ਜਿਹਦੇ ਨਾਲ ਕੰਮ ਮੈਂ ਕਰਦੀ ਉਹਦੀ ਡੈਥ ਹੋ ਗਈ, ਫਿਰ ਮੈਂ ਪੁੱਛਿਆ, ਮੈਂ ਕਿਹਾ ਤੁਹਾਡਾ ਐਡਾ ਲੱਖਾਂ ਦਾ ਲੈਣ ਦੇਣਾ, ਜਿਹਦੀ ਡੈਥ ਹੋ ਜਾਵੇ ਬੰਦਾ ਭੋਗ ਤੇ ਵੀ ਜਾਂਦਾ ਹੁੰਦਾ, ਭੋਗ ਤੇ ਜਾਂਦਾ ਹੀ ਹੁੰਦਾ, ਹੁਣ ਤੁਹਾਡਾ ਮੰਨ ਲਓ ਮੈਂਟਲੀ ਤੁਹਾਡਾ ਕਿਸੇ ਲੱਖਾਂ ਲੈਣ ਦੇਣਾ ਹੋਵੇ, ਤੁਸੀਂ ਮਰਗ ਤੇ ਜਾਓਗੇ ਭੋਗ ਜਾਣਾ ਹੀ ਪੈਂਦਾ? ਮੈਂ ਵੀ ਪੁੱਛਿਆ, ਕੋਈ ਨੀ ਕੋਈ ਨੀ, ਮੰਮੀ ਜਾਏਗੇ ਮੰਮੀ ਜਾਣਗੇ। ਆਹ ਗੱਲਬਾਤ ਤੁਸੀਂ ਹੁਣ ਆਪਣੀ ਵਾਈਫ ਨੂੰ ਤੁਸੀਂ ਦੱਸਿਆ ਛੱਡਿਆ, ਕੀ ਤੁਸੀਂ ਉਹਨਾਂ ਦੇ ਨਾਲ ਰਹਿਣਾ ਹੁਣ ਜਾਂ ਕਿਸ ਤਰ੍ਹਾਂ ਕੀ ਚਾਹੁੰਦੇ? ਮੈਨੂੰ ਤਾਂ ਇਹ ਆ ਜੀ ਆਪਣੀ ਹੋ ਗਈ ਬੇਇੱਜ਼ਤੀ, ਨਾ ਮੈਂ ਤੁਹਾਨੂੰ ਕਹਾਂ ਮੈਂ ਐਡਾ ਮੈਂ ਰਜਵਾੜਾ ਪੈਸੇ ਦੇ ਦੂੰਗਾ, ਜਿੰਨੀਆਂ ਜ਼ਮੀਨਾਂ ਵੇਚੀਆਂ ਆਪਣੇ ਦਮ ਤੇ ਵੇਚੀਆਂ ਨੇ, ਜਿਹੜੇ ਜਿੰਨੇ ਵੀ ਬਾਹਰ ਬੋਲਦੇ ਸੀ ਜ਼ਮੀਨ ਵੇਚਿਆ ਕਰਦੀ, ਮੈਂ ਤਾਂ 1 ਰੁਪਈਆ ਕਿਸੇ ਤੋਂ ਲਿਆ ਨਹੀਂ ਸੀ ਅਜੇ ਤੱਕ, ਸਾਰਾ ਸ਼ਹਿਰ ਗਵਾਹ ਇਸ ਗੱਲ ਦਾ, ਤੁਹਾਨੂੰ ਵੀ ਪਤਾ ਜੀ ਸਾਰੀ ਗੱਲ ਦੀ, ਤੁਸੀਂ ਵੀ ਸ਼ਹਿਰ 'ਚ ਰਹਿੰਦੇ ਹੋ ਤੇ ਮੁੜ ਕੇ ਆਹ ਗੱਲਾਂ ਲੱਗੀਆਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਵੀ ਪੈਸਾ ਖਾਧਾ ਜਾਂ ਤੁਹਾਡੀ ਵਾਈਫ ਨੇ ਹੀ ਖਾਧਾ, ਤੁਹਾਨੂੰ ਉਹਦੇ ਵਿੱਚੋਂ ਕੁਛ ਨਹੀਂ ਦਿੱਤਾ? ਨਹੀਂ ਦਿੱਤਾ ਗਿਆ, ਐਂ ਨਹੀਂ ਮੈਂ ਕਹਿੰਦਾ ਘਰ 'ਚ ਖਰਚਾ ਕਰਦੇ ਜਿੰਨਾ ਮੇਰਾ ਪਰਸਨਲ ਖਰਚਾ, ਮਤਲਬ ਜ਼ਿਆਦਾ ਉਹਨਾਂ ਦੇ ਕੋਲ ਹੀ ਹਿਸਾਬ ਕਿਤਾਬ ਜਿਹੜਾ ਰਹਿੰਦਾ ਸੀ ਸਾਰਾ ਉਹਨਾਂ ਦੇ ਕੋਲ, ਜਿਵੇਂ ਕਹੀਏ ਵੀ ਚੰਬ ਝੂਠ ਮਾਰੇ ਖਰਚਾ ਆਪਣਾ ਵੀ ਕਰਦੇ ਸੀ, ਘਰ ਦਾ ਜੋ ਇੱਕ ਲੈਣ ਦੇਣ ਚੀਨੀ ਚਾਨੀ ਜੋ ਵੀ ਹੁੰਦਾ ਸੌਦਾ ਪੱਤਾ ਦੁੱਧ ਦੱਧ ਬਿਜਲੀ ਦੇ ਬਿੱਲ, ਇਹ ਤੁਹਾਨੂੰ ਪਤਾ ਕਿੰਨੇ ਵੀ ਹੁੰਦਾ। ਹਾਂ ਮੇਰਾ ਪਰਸਨਲ ਖਰਚਾ ਜਿਹੜਾ ਮਿੱਤ ਜ਼ਰੂਰ ਕਰ ਰਹੇ ਸੀ ਵੀ ਹਾਂ, ਮੈਂ ਕਦੇ ਮੈਂ ਤਾਂ ਬਹੁਤ ਕਹਿ ਲਈ ਵੀ ਇੱਕ ਚੰਗਾ ਬੰਦਾ ਸੀ ਕਿਸ ਤੋਂ ਲਿਆ ਸੀ, ਮੇਰੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ਸੀ, ਮਤ ਜਿਵੇਂ ਕਹਿੰਦੀ ਸੁਣ ਜੀ ਹੋ ਗਈ, ਕਮਰੇ ਤੇ ਬਹਿਣਾ ਨੈਟਫਲਿਕਸ ਦੇਖੀ ਜਾਣਾ। ਬਾਈ ਕੀ ਤੁਹਾਡਾ ਨਾਮ ਹੈ, ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ, ਕਦੋਂ ਫਾਈਲ ਲਗਾਈ ਸੀ ਇਹਨਾਂ ਦੇ ਕੋਲ? ਜੀ ਦਪਿੰਦਰਦੀਪ ਸਿੰਘ ਮੇਰਾ ਨਾਮ ਹੈ, ਪਠਾਨਕੋਟ ਦਾ ਰਹਿਣ ਵਾਲਾ, ਮੈਨੂੰ ਘੱਟੋ ਘੱਟ ਸਾਲ ਹੋ ਗਏ ਨੇ ਕੁਝ ਪੈਸੇ ਦਿੱਤੇ। ਕਿੰਨੇ
ਛੋਟੇ ਹੁੰਦੇ ਤੋਂ ਹੀ ਤੇ ਬਸ ਉਹੀ ਭਰੋਸੇ ਕਰਕੇ ਆਪਾਂ ਤਾਂ ਉੱਥੇ ਫਸ ਗਏ ਭਰੋਸੇ ਕਰਕੇ ਹੁਣ ਤੁਸੀਂ ਰਪੜ ਵੀ ਦਿੱਤੀ ਹੋਈ ਹੈ ਥਾਣੇ ਆ ਲਿਖਿਆ ਹੋਇਆ ਪੋਸਟਰਾਂ ਤੇ ਕਿ ਮਾਮਲਾ ਦਰਜ ਹੋ ਚੁੱਕਿਆ 420 ਦਾ ਕਈ ਦੋ ਤਿੰਨ ਧਰਾਵਾਂ ਲੱਗ ਚੁੱਕੀਆਂ ਪਰ ਕੀ ਕਾਰਨ ਹੈ ਪੁਲਿਸ ਕੀ ਕਰਦੀ ਹੈ ਪੁਲਿਸ ਦੇ ਵੱਲੋਂ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਜਾ ਰਿਹਾ ਪੁਲਿਸ ਕੀ ਕਹਿ ਰਹੀ ਵੀਰੇ 420 506 24 ਇਮੀਗ੍ਰੇਸ਼ਨ ਐਕਟ ਨੇ ਤਾਂ ਲੱਗਿਆ ਹੋਇਆ ਜੀ ਤੇ 5 ਸਤੰਬਰ ਦਾ ਲੱਗਿਆ ਹੋਇਆ ਜਿਹਨਾਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਪੁਲਿਸ ਕੋ ਜਾਣੇ ਆ ਜੀ ਕਿਹਨਾਂ ਦੀ ਕਾਰਵਾਈ ਕਰੋ ਕਹਿੰਦੇ ਕਰਦੇ ਆ ਬਸ ਲੜ ਲਈ ਜਾਂਦੇ ਜੀ ਸਾਨੂੰ ਹਾਰ ਕੇ ਸਾਨੂੰ ਫਿਰ ਧਰਨੇ ਤੇ ਬਹਿਣਾ ਪਿਆ ਜੀ ਅੱਜ ਇਹੀ ਕਾਰਵਾਈ ਕਰਦੇ ਆ ਜੀ ਇਹਨਾਂ ਤੋਂ ਜ਼ਿਆਦਾ ਸਾਡੇ ਪੈਸੇ ਮੋੜ ਦੇਵੇ ਜੀ ਉਹ ਜਾਂ ਪੁਲਿਸ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਐਕਸ਼ਨ ਲਵੇ ਜੀ ਕੋਈ ਤੁਸੀਂ SSP ਮੈਡਮ ਨੂੰ ਮਿਲੇ ਹੋ ਇਸ ਮਾਮਲੇ ਦੇ ਵਿੱਚ ਲੈ ਕੇ ਜਾਂ DSP ਸਾਹਿਬ ਨੂੰ SSP ਮੈਡਮ ਕੋਈ ਅਸੀਂ ਦਿੱਤੀ ਸੀਗੀ ਦਰਖਾਸਤ ਜੀ ਪਹਿਲਾਂ DSP ਕੋਈ ਦਿੱਤੀ ਸੀ ਬਰਿਆਮ ਸਿੰਘ ਜੀ ਹੋਗੀ ਫਿਰ SSP ਮੈਡਮ ਨੂੰ ਦਿੱਤੀ ਸੀ ਪਰਚਾ SSP ਮੈਡਮ ਨੇ ਕੱਟਿਆ ਜੀ ਇਹਨਾਂ ਤੇ ਮੈਡਮ ਨੇ ਪਰਚਾ ਕੀਤਾ ਸੀਗਾ ਜਿਹੜਾ 420 ਦੀ ਧਰਾਵਾਂ ਇਹ ਤਾਂ ਜੀ DSP ਬਰਿਆਮ ਸਿੰਘ ਜੀ ਨੇ ਭੇਜੀ ਸੀ ਫਾਈਲ ਇਹਨਾਂ ਨੇ ਕੱਟਿਆ ਜੀ ਤਾਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਗਿਆ ਸੀਗਾ ਉਹਨਾਂ ਵੱਲੋਂ ਉਦੋਂ ਵਿਸ਼ਵਾਸ ਆਈ ਸੀ ਕਿ ਇਹਨਾਂ ਨੂੰ ਅਰੈਸਟ ਕਰਾਂਗੇ ਜੀ ਆਪਾਂ ਇਹਨਾਂ ਨੂੰ ਕੋਈ ਅਰੈਸਟ ਨਹੀਂ ਪਾਈ ਇਹਨਾਂ ਨੇ ਜੀ ਪੁਲਿਸ ਵੀ ਇਹਨਾਂ ਨਾਲ ਰਲੀ ਹੋਈ ਹੈ ਜੀ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਜੀ ਜੋ ਵੀ ਆ ਪਰ ਕੁਛ ਨਹੀਂ ਇਹਨਾਂ ਤੇ ਕਾਰਵਾਈ ਕਰਦੀ ਜਦੋਂ ਬਸ ਲਾੜੇ ਦਾ ਹੋ ਗਈ ਹੈ ਜੀ ਕੀ ਜਿਹੜਾ ਤੁਸੀਂ ਧਰਨਾ ਲਗਾਇਆ ਹੁਣ ਕਦੋਂ ਤੱਕ ਜਾਰੀ ਰਹੂਗਾ ਤੁਹਾਡਾ ਧਰਨਾ ਜਦੋਂ ਤੱਕ ਇਹਨਾਂ ਨੂੰ ਅਰੈਸਟ ਨਹੀਂ ਕਰਦੇ ਜਦੋਂ ਤੱਕ ਆਪਾਂ ਧਰਨਾ ਜਾਰੀ ਰਹੂਗਾ ਜੀ ਸਾਡੇ ਜਦੋਂ ਤੱਕ ਇਹਨਾਂ ਨੂੰ ਅਰੈਸਟ ਨਹੀਂ ਕਰਦੇ ਕੀ ਕਾਰਨ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਆ ਜਿਹੜਾ ਕਿਉਂ ਨਹੀਂ ਇਹਨਾਂ ਦੇ ਉੱਤੇ ਕਾਰਵਾਈ ਕਰਦਾ ਕਿਉਂ ਨਹੀਂ ਗ੍ਰਿਫਤਾਰੀ ਕਰਦਾ ਪਤਾ ਨਹੀਂ ਜੀ ਹੁਣ ਤਾਂ ਸਾਲ ਹੋ ਗਿਆ ਜੀ 5 ਸਤੰਬਰ ਦਾ ਇਹਨਾਂ ਦੇ ਪਰਚਾ ਹੋਇਆ ਜੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਜੀ ਪਾਸਪੋਰਟ ਤੁਸੀਂ ਉਹਨਾਂ ਤੋਂ ਵਾਪਸ ਲੈ ਲਿਆ ਸੀ ਪਾਸਪੋਰਟ ਉਹਨਾਂ ਕੋਲ ਲੈ ਲਿਆ ਜੀ ਵਾਪਸ ਆਪਾਂ ਜੀ ਕਿੰਨੇ ਕੁ ਬੰਦੇ ਨੇ ਟੋਟਲ ਕਿੰਨੀ ਕੁ ਟੋਟਲ ਪੇਮੈਂਟ ਹੈ ਪੇਮੈਂਟ ਜੀ ਹੈਗੀ ਹੈ 60-70 ਲੱਖ ਤੋਂ ਉੱਪਰ ਹੈ ਜੀ ਪੇਮੈਂਟ ਸਾਰੇ ਬੰਦਿਆਂ ਦੀ ਹਾਂਜੀ ਇਹ ਸਰ ਇਸ ਸੰਬੰਧੀ ਰਾਜਪਾਲ ਸਿੰਘ ਵਾਸੀ ਮਾਛੀਵਾੜਾ ਵੱਲੋਂ ਬਰਬਿਆਰ ਮੁਕੱਦਮਾ ਦਰਜ ਅਸੀਂ ਕਰਤਾ ਸਤਵਿੰਦਰ ਕੌਰ ਔਜਲਾ ਵਾਸੀ ਮਾਛੀਵਾੜਾ ਦੇ ਖਿਲਾਫ ਅਤੇ ਅਸੀਂ ਜਲਦੀ ਹੀ ਉਹਨੂੰ ਗ੍ਰਿਫਤਾਰ ਕਰ ਲੈਣਾ ਸਰ ਉਹਨਾਂ ਨੂੰ ਜਦੋਂ ਕਾਨੂੰਨ ਅਨੁਸਾਰ ਅਸੀਂ ਨੋਟਿਸ ਦੇ ਚੁੱਕਿਆ ਨੋਟਿਸ ਦਾ ਟਾਈਮ ਖਤਮ ਹੋ ਗਿਆ ਅਸੀਂ ਉਹਨੂੰ ਅੱਜ ਕਰਕੇ ਦਰਖਾਸਤ ਇਹੀ ਆ ਜੀ ਵੀ ਸਾਨੂੰ ਬਾਹਰ ਭੇਜਣ ਵਾਸਤੇ ਪੈਸੇ ਲਏ ਨੇ ਵੀ ਸਾਨੂੰ ਬਾਹਰ ਨਹੀਂ ਭੇਜਿਆ ਨਾ ਸਾਡੇ ਪੈਸੇ ਵਾਪਸ ਕੀਤੇ ਉਹ ਆਫਟਰ ਇਨਕੁਆਇਰੀ ਪਰਚਾ ਦਰਜ ਹੋ ਗਿਆ ਇਹ ਸਾਰੇ ਇਹਦੇ ਬਾਰੇ ਕਲੀਅਰ ਕਰਨਾ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਰਾ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜੂਗਾ ਤੇ ਕਦ ਤੱਕ ਜਿਹੜਾ ਧਰਨਾ ਕਰ ਰਹੇ ਹੋ ਹੁਣੇ ਸਾਡੀ ਹੋ ਗਈ ਗੱਲਬਾਤ ਉਹਨਾਂ ਨੂੰ ਦੱਸਤਾ ਜੀ ਵੀ ਅਸੀਂ ਚੱਕਰ ਹੋ ਗਿਆ ਚੁਕਾਉਣ ਲੱਗੇ ਧਰਨਾ ਹੁਣ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਧਰਨਾ ਲਗਾਇਆ ਹੋਇਆ ਸੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਧਰਨਾ ਲਗਾਇਆ ਹੋਇਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਵੀ ਕਿ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਨਹੀਂ ਹੋ ਰਹੀ ਹੈਗੀ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਬਾਹਰ ਦੀਆਂ ਜਿਹੜੀਆਂ ਫਾਈਲਾਂ ਲਗਾਈਆਂ ਸੀਗੀਆਂ ਸਾਡੇ ਤੋਂ ਪੈਸੇ ਲੈ ਲਏ ਸੀਗੇ ਪਰ ਹਜੇ ਤੱਕ ਸਾਨੂੰ ਨਾ ਤਾਂ ਪੈਸਾ ਵਾਪਸ ਮਿਲਿਆ ਨਾ ਹੀ ਸਾਡੇ ਵੀਜ਼ੇ ਲੱਗੇ ਸੀ ਪੁਲਿਸ ਨੇ ਪਰਚਾ ਜ਼ਰੂਰ ਦਰਜ ਕਰ ਲਿਆ ਸੀ ਪਰ ਗ੍ਰਿਫਤਾਰੀ ਨਹੀਂ ਹੋਈ ਜਦ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਇਹ ਕਹਿਣਾ ਕਿ ਮੈਂ ਤਾਂ ਆਪਣੀ ਵਾਈਫ ਨੂੰ 4-5 ਦਿਨ ਪਹਿਲਾਂ ਛੱਡ ਆਇਆ ਹੋਇਆ ਮੈਨੂੰ ਨਹੀਂ ਪਤਾ ਕੀ ਸਾਰਾ ਮਾਮਲਾ ਮੇਰੀ ਵਾਈਫ ਹੀ ਪੇਮੈਂਟ ਲੈਂਦੀ ਸੀ ਨਾ ਉਹਨਾਂ ਕੋਲ ਕੋਈ ਲਾਇਸੈਂਸ ਹੈਗਾ ਨਾ ਉਹਨਾਂ ਨੇ ਕੋਈ ਲਾਇਸੈਂਸ ਲਿੱਤਾ ਸੀਗਾ ਪਰ ਮੈਨੂੰ ਨਹੀਂ ਪਤਾ ਉਹ ਪੈਸੇ ਕਿੱਥੇ ਜਾਂਦੇ ਸੀ ਖਰਚਾ ਜ਼ਰੂਰ ਘਰਦਾ ਕਰਦੀ ਸੀ ਪਰ ਮੇਰਾ ਹੁਣ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਮਾਮਲੇ ਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਪੱਖ ਵੀ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ